हेल्थ प्रेस प्रोग्राम च तुहाडा सब दा स्वागत है। अज असीं तुहानूं लैके चल रहे हां सुख फिजियोथेरेपी एंड आल्टरनेटिव ट्रीटमेंट सेंटर 54 सनी एनक्लेव सैक्टर 125 खरड़ मोहाली। इस सेंटर दे विच फिजियोथेरेपी, साइकोलॉजिकल काउंसलिंग, प्रैनिक फिजियोथेरेपी, प्रैनिक हीलिंग, कलर थेरेपी, मैगनेट थेरेपी, मोक्सा थेरेपी, आयुर्वेदिक एक्यूप्रेशर, नाड़ी प्रशिक्षण, पंचकर्मा आदि की सुविधा उपलब्ध है। सारी टीम ने डॉक्टर सुखदीप सिंह जी नाल गलबात की, जिन्होंने सानू सुख फिजियोथेरेपी और ऑल्टरनेटिव ट्रीटमेंट सेंटर बारे जानकारी दी। ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਸੁੱਖ ਫਿਜੀਓਥੈਰੇਪੀ ਐਂਡ ਅਲਟਰਨੇਟਿਵ ਟ੍ਰੀਟਮੈਂਟ ਸੈਂਟਰ। ਸੁੱਖ ਜਿੱਦਾਂ ਐਜ਼ ਦੀ ਨੇਮ ਇੰਡੀਕੇਟਸ, ਸੁੱਖ ਦਾ ਮਤਲਬ ਲੋਕਾਂ ਨੂੰ ਦਰਦ ਦੇ ਵਿੱਚ ਜਿਹੜੇ ਕਰਾਉਂਦੇ ਨੇ ਉਹਨਾਂ ਨੂੰ ਸੁੱਖ ਦੇਣਾ, ਉਹਨਾਂ ਦੀ ਤਕਲੀਫ ਦੂਰ ਕਰਨੀ। ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਡਾਕਟਰ ਸੁਖਦੀਪ ਜੀ ਦੇ ਨਾਲ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਆਉਣ ਦਾ। ਥੈਂਕ ਯੂ ਡਾਕਟਰ ਸਾਹਿਬ। ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਲਾਈਫ ਦੇ ਵਿੱਚ, ਚਾਹੇ ਆਪਾਂ ਸਾਈਕੋਲੋਜੀਕਲ ਕਾਉਂਸਲਿੰਗ ਦੀ ਗੱਲ ਕਰ ਲਈਏ, ਚਾਹੇ ਆਪਾਂ ਹੋਰ ਟੈਕਨੀਕਸ ਦੀ ਗੱਲ ਕਰ ਲਈਏ, ਫਿਜੀਓਥੈਰੇਪੀ ਦੀ ਗੱਲ ਕਰ ਲਈਏ, ਜਿੱਦਾਂ ਐਕੂਪੰਕਚਰ ਦੀ ਗੱਲ ਕਰ ਲਈਏ, ਹਰ ਟੈਕਨੀਕ ਨੂੰ ਤੁਸੀਂ ਅਪਣਾਇਆ ਕਿਵੇਂ ਤੁਸੀਂ? ਕਿਉਂਕਿ ਅੱਜ ਦਾ ਜਿਹੜਾ ਸਿਨੈਰੀਓ ਹੈ ਜਿਹਦੇ ਵਿੱਚ ਲੋਕ ਮੈਡੀਸਨਸ ਤੋਂ ਬਹੁਤ ਅੱਕ ਚੁੱਕੇ ਨੇ ਔਰ ਉਹਨਾਂ ਦਾ ਮਾਇੰਡ ਜਿਹੜਾ ਹੈਗਾ ਉਹ ਅਲਟਰਨੇਟਿਵ ਚੀਜ਼ਾਂ ਵੱਲ ਜ਼ਿਆਦਾ ਜਾ ਰਿਹਾ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਮੈਂ ਫਿਜ਼ੀਓਥੈਰੇਪੀ ਦਾ ਕੋਰਸ ਕੀਤਾ। ਉਸ ਤੋਂ ਮਤਲਬ ਕਰਨ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਵੀ ਫਿਜ਼ੀਓਥੈਰੇਪੀ ਇੱਕ ਬਹੁਤ ਹੀ ਲਿਮਿਟਡ 'ਤੇ ਅਸੀਂ ਟ੍ਰੀਟਮੈਂਟ ਕਰ ਪਾਉਂਦੇ ਹਾਂ, ਸਿਰਫ ਹੱਡੀਆਂ ਮਾਸਪੇਸ਼ੀਆਂ ਨੂੰ ਹੀ ਟ੍ਰੀਟ ਕਰ ਪਾਉਂਦੇ ਹਾਂ। ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਮੈਨੂੰ ਲੱਗਿਆ ਕਿ ਇਸ ਦੇ ਵਿੱਚ ਕੁਛ ਹੋਰ ਕਰਨਾ ਚਾਹੀਦਾ, ਫਿਰ ਉਸ ਤੋਂ ਬਾਅਦ ਮੈਂ ਐਕੂਪੰਕਚਰ ਐਕੂਪੰਕਚਰ ਦੇ ਵਿੱਚ ਗਿਆ, ਉਸ ਦੇ ਮੈਂ ਕੋਰਸ ਕੀਤੇ। ਹਾਲਾਂਕਿ ਉਸਦਾ ਕੋਈ, ਮੈਂ ਜੋਧਪੁਰ ਤੋਂ ਕੋਰਸ ਕੀਤਾ ਐਕੂਪ੍ਰੈਸ਼ਰ ਦਾ, ਐਕੂਪੰਕਚਰ ਦਾ ਵੀ ਕੀਤਾ, ਮੈਂ ਪੰਚਕਰਮਾ ਦੇ ਵਿੱਚ ਵੀ ਕੋਰਸਿਸ ਕੀਤੇ। ਉਸ ਤੋਂ ਬਾਅਦ ਫਿਰ ਵੀ ਮੈਨੂੰ ਲੱਗਿਆ ਕਿ ਫਿਰ ਵੀ ਥੋੜ੍ਹਾ ਲਿਮਿਟੇਸ਼ਨਸ ਆ। ਫਿਰ ਮੈਂ ਹਜਾਮਾ ਦਾ ਕੋਰਸ ਕਰਨ ਦੇ ਲਈ ਅਲੀਗੜ੍ਹ ਗਿਆ ਔਰ ਫਿਰ ਵੀ ਅਸੀਂ ਜਿਵੇਂ ਆਸਟੋਪੈਥੀ ਹੋ ਗਏ, ਹੋਰ ਜੋ ਵੀ ਜਿੰਨੀ ਵੀ ਅਲਟਰਨੇਟਿਵ ਟ੍ਰੀਟਮੈਂਟਸ ਨੇ ਅਸੀਂ ਉਸਦੇ ਵਿੱਚ ਖੋਜ ਕਰਦੇ ਰਹਿੰਦੇ ਹਾਂ, ਅਤੇ ਉਸਦਾ ਜੋ ਵੀ ਇਲਾਜ ਨੇ ਕਰ ਸਕਦੇ ਹਾਂ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਵੀ ਅਸੀਂ ਆਪਦੇ ਮਰੀਜ਼ਾਂ ਤੋਂ ਸੁੱਖ ਦੇ ਸਕੀਏ ਉਹਨਾਂ ਨੂੰ। ਸਰ, ਜਿਸ ਤਰੀਕੇ ਦੇ ਨਾਲ ਅੱਜ ਦਾ ਜਿਹੜਾ ਸਿਨੈਰੀਓ ਆ ਜਿਹਦੇ ਵਿੱਚ ਲੋਕ ਚਾਹੁੰਦੇ ਵੀ ਅਲਟਰਨੇਟਿਵ ਨੇ, ਕੀ ਕਹਿਣਾ ਚਾਹੋਗੇ ਕਿ ਜਦੋਂ ਲੋਕ ਆਉਂਦੇ ਨੇ ਦਰਦ ਨਾਲ ਕਰਾਉਂਦੇ ਨੇ ਤਾਂ ਤੁਸੀਂ ਦੇਖ ਲੈਂਦੇ ਹੋ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਸਾਈਕੋਲੋਜੀਕਲੀ, ਜਿੱਦਾਂ ਤੁਹਾਡੀ ਸਕੈਟਰੀ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਨਾਲ ਬਿਲਡਅਪ ਕਰਦੇ ਹੋ, ਉਹਦੇ ਨਾਲ ਨਾਲ ਮਤਲਬ ਕਿਸ ਤਰੀਕੇ ਨਾਲ ਫਿਰ ਤੁਸੀਂ ਇਹ ਸਾਰਾ ਜਿਹੜਾ ਹੈਗਾ ਲੋਕਾਂ ਦੇ ਨਾਲ ਅਟੈਚ ਹੋ ਕੇ ਅਤੇ ਉਹਨਾਂ ਨੂੰ ਸੇਵਾ ਦੇ ਰਹੇ ਹੋ? ਹਾਂਜੀ, ਪਹਿਲਾਂ ਤਾਂ ਦੇਖੋ, ਸਭ ਤੋਂ ਪਹਿਲਾਂ ਤਾਂ ਉਹਨਾਂ ਜੋ ਦਰਦ ਹੁੰਦਾ ਉਸ ਤੋਂ ਹੀ ਰਾਹਤ ਦਵਾਉਣੀ ਜ਼ਰੂਰ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ। ਉਸ ਤੋਂ ਬਾਅਦ ਵੀ ਜੋ ਦਰਦ ਹੁੰਦਾ, ਜੋ ਸਾਡੇ ਦਿਮਾਗ ਦੇ ਉੱਤੇ ਪੱਕਾ ਘਾਤ ਕਰ ਚੁੱਕਿਆ ਹੁੰਦਾ, ਉਸਨੂੰ ਮਤਲਬ ਹਟਾਉਣ ਦੇ ਲਈ ਸਾਨੂੰ ਸਾਈਕੋਲੋਜੀਕਲ ਕਾਉਂਸਲਿੰਗ ਔਰ ਬਹੁਤ ਹੀ ਹੀਲਿੰਗ ਟੈਕਨੀਕਸ ਜ਼ਰੂਰੀ ਹੈਗੀਆਂ, ਕਿ ਜੋ ਸਾਡਾ ਦਰਦ ਹੈ ਦਿਮਾਗ ਦੇ ਵਿੱਚੋਂ ਜਾਣਾ ਬਹੁਤ ਜ਼ਰੂਰੀ ਹੁੰਦਾ, ਸਾਡੇ ਬਾਡੀ ਦੇ ਹੋਰ ਪਾਰਟਸ ਦੇ ਵਿੱਚੋਂ ਦਾ ਦਰਦ ਜਾਣਾ ਜ਼ਰੂਰੀ ਆ। ਬਟ ਉਸ ਤੋਂ ਬਾਅਦ ਜੇ ਅਸੀਂ ਲੰਬੇ ਟਾਈਮ ਤੱਕ ਕਿਸੇ ਵੀ ਦਰਦ 'ਤੇ ਪੀੜਿਤ ਰਹਾਂਗੇ ਤਾਂ ਸਾਡੇ ਦਿਮਾਗ ਦੇ ਵਿੱਚ ਕਰਕੇ ਅੜ ਕੇ ਬੈਠ ਜਾਂਦਾ, ਉਸ ਦੇ ਨਾਲ ਨਾਲ ਅਸੀਂ ਸਾਈਕੋਲੋਜੀਕਲ ਕਾਉਂਸਲਿੰਗ ਵੀ ਜ਼ਰੂਰੀ ਸਮਝਦੇ ਹਾਂ। ਪੇਸ਼ ਸੁਖਦੀਪ ਜੀ, ਕਿਹੜੇ ਕਿਹੜੇ ਜਿਹੜੇ ਹੈਗੇ ਆ ਸੇਵਾਵਾਂ ਇੱਥੇ ਤੁਸੀਂ ਦੇ ਰਹੇ ਹੋ? ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਫਿਜੀਓਥੈਰੇਪੀ ਦੇ ਵਿੱਚ ਕਿਸੇ ਦਾ ਵੀ ਕੋਈ ਟੀਅਰ ਹੋਵੇ, ਕੋਈ ਸਪੋਰਟਸ ਇੰਜਰੀ ਹੋਵੇ, ਕੋਈ ਗੋਡੇ ਚੁੱਲੇ ਉਹਨਾਂ ਦੇ ਦੁਖਦੇ ਹੋਣ, ਕੋਈ ਹੋਰ ਪ੍ਰੋਬਲਮਸ ਹੋਵੇ ਹੱਡੀਆਂ ਦੀਆਂ, ਤਾਂ ਤੁਸੀਂ ਇੱਥੇ ਠੀਕ ਕਰਦੇ ਹੋ। ਪੈਰਾਲਾਈਜ਼ ਵਾਲੇ ਮਰੀਜ਼ ਆ ਜਿਹੜੇ, ਉਹ ਵੀ ਤੁਹਾਡੇ ਕੋਲ ਆਉਂਦੇ ਨੇ, ਉਹਨਾਂ ਨੂੰ ਵੀ ਤੁਸੀਂ ਟ੍ਰੀਟਮੈਂਟ ਦਿੰਦੇ ਹੋ। ਇਹਦੇ ਨਾਲ ਨਾਲ ਹੋਰ ਕਿਸ ਕਿਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ, ਕਿਉਂਕਿ ਤੁਸੀਂ ਇੰਨੀ ਅਲਟਰਨੇਟਿਵ ਤੁਹਾਡੇ ਕੋਲ ਆਪਸ਼ਨਸ ਨੇ ਜਿਹਦੇ ਨਾਲ ਆਈ ਫੀਲ ਕਿ ਹਰੇਕ ਲਾਈਫ ਸਟਾਈਲ ਡਿਜ਼ੀਜ਼ ਤਾਂ ਠੀਕ ਹੋਣੀ ਆ, ਬਲਕਿ ਕਰੋਨਿਕ ਤੋਂ ਕਰੋਨਿਕ ਜਿਹੜੇ ਪੇਸ਼ੈਂਟਾਂ ਦੇ ਵੀ ਠੀਕ ਹੁੰਦੇ। ਹਾਂਜੀ, ਅਸੀਂ ਸਿਰ ਤੋਂ ਲੈ ਕੇ ਪੈਰ ਤੱਕ ਜਿੰਨੇ ਵੀ ਟ੍ਰੀਟਮੈਂਟਸ ਮਤਲਬ ਕਰਨ ਦੇ ਯੋਗ ਹਾਂ, ਅਸੀਂ ਐਕੂਪ੍ਰੈਸ਼ਰ ਦੇ ਵਿੱਚ, ਐਕੂਪੰਕਚਰ ਦੇ ਵਿੱਚ, ਸਾਈਕੋਲੋਜੀਕਲ ਕਾਉਂਸਲਿੰਗ ਹੋ ਗਈ, ਸਾਡੀ ਹੀਲਿੰਗ ਟੈਕਨੀਕਸ ਹੋ ਗਈ, ਹਜਾਮਾ ਥੈਰੇਪੀ ਹੋ ਗਿਆ, ਫਿਜ਼ੀਓਥੈਰੇਪੀ। ਸਰ ਸਰ, ਹਜਾਮਾ ਥੈਰੇਪੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਹਜਾਮਾ ਥੈਰੇਪੀ ਕੀ ਹੈ? ਐਕਚੁਲੀ ਇੱਕ ਯੂਨਾਨੀ ਮੈਡੀਸਨ ਟੈਕਨੀਕਸ ਹੈ, ਯੂਨਾਨ ਦੇ ਵਿੱਚ ਪਹਿਲਾਂ ਪਾਈ ਜਾਂਦੀ ਸੀ। ਇਹਦੇ ਵਿੱਚ ਜਿੱਦਾਂ ਕਿ ਸਾਡੇ ਪਿੰਡਾਂ ਦੇ ਵਿੱਚ ਵਾਰਾ ਹੀ ਲਗਾਉਂਦੇ ਸੀ, ਉਸਨੂੰ ਕਹਿ ਸਕਦੇ, ਉਸਨੂੰ ਬਹੁਤ ਹੀ ਹੁਣ ਮੋਡੀਫਾਈ ਕਰਕੇ ਅਸੀਂ ਉਸਦੇ ਨਾਲ ਕੱਪਸ ਦੇ ਨਾਲ ਬਲੱਡ ਨੂੰ ਸੈਕ ਆਊਟ ਕਰਦੇ ਹਾਂ ਬੋਡੀ 'ਚੋਂ। ਮਤਲਬ ਇਹ ਯੂਨਾਨੀ ਮੈਡੀਸਨ ਦੇ ਨਾਲ ਰਿਲੇਟਡ ਹੈ, ਇੱਕ ਛੋਟਾ ਜਿਹਾ ਪਾਰਟ ਅਸੀਂ ਇਸ ਦੇ ਵਿੱਚ ਲੈ ਕੇ ਆਏ ਹਾਂ, ਜਿੰਨਾ ਵੀ ਮਤਲਬ ਉਸ ਤੋਂ ਅਸੀਂ ਮਰੀਜ਼ਾਂ ਨੂੰ ਆਰਾਮ ਦੇ ਸਕਦੇ। ਅਤੇ ਹੋਰ ਕਿਹੜੇ ਕਿਹੜੇ ਟੈਕਨੀਕ ਸਰ?
उस तो अलावा एक्यूप्रेशर हो गया, एक्यूपंचर हो गया, नाड़ी विज्ञान हो गया, तो साडे मैडम ने वो इस दे विच ने साइकोलॉजिस्ट ने भी ने मैडम नाल फिजियोथेरेपिस्ट भी ने वो करते ने, और मैगनेट थैरेपी, मोक्षा थैरेपी, आयुर्वेदिक एक्यूप्रेशर हो गया, मुद्रा योग, मेडिटेशन, असी सब कुछ इत्थे करते। डॉक्टर साहब, जिस तरीके दे नाल पेशेंट आंदा, ये मतलब तुहाडी डे केयर सर्जरी है, मतलब डे केयर ही है जिहड़ी ये तुहाडी फिजियोथेरेपी ते जिहड़ियां चीज़ां, मतलब अगला सुबह आंदा शाम नूं चले जांदा, टाइम कंज्यूमिंग तो नहीं ज़्यादा? नहीं, असी सुबह मतलब असी 9 बजे तो सुबह 1 बजे तक, और शाम 4 तो असी 7:30 बजे तक इतने अवेलेबल होंगे हाँ, इन केस किसी एमरजेंसी हो तो फिर असी ऑन कॉल उसनों कर। सिद्धू जी, जिस तरीके दे नाल अज मॉडर्न लाइफ स्टाइल है साडा, असी डिटेक्ट हो चुके हैं, करोना ने सानू बिल्कुल ठंडे पाता है कि असी लोग जिहड़े हैगे घर के उत्ते ही मतलब अटैचमेंट रह गई सी, की कहना चाहोगे कितना कितने आके वो, और जंक फूड्स, क्योंकि जो बंदा घर बहुत नवी नवी चीज़ा खाता तो वो जी दोनों चीज़ा जी आप समझिए कि एक दूजे तो वर्स तो वर्स्ट है, और जो हड्डियां प्रॉब्लम्स आ जा, जिस तरीके अर्ली स्टेज के गोडे चूले गोडे दुखने ये प्रॉब्लम जी आनी शुरू हो गई। हाँ जी, देखो सब तो पहले सानू अपनी इम्यूनिटी स्ट्रोंग करनी पड़ेगी, हूँ अजक असी मतलब कि काम कोई करते नहीं है, सिर्फ जाके ऑफिस के बैठे रहना, कोई फिजिकल काम कुछ नहीं करना, साढ़े जो भी अंग अगर सही असी उन्होंने यूज लावे तो फिर एक हमेशा काम करते रहेंगे, सही ढंग ना काम करते रहेंगे, और अगर असी उस मतलब कोई काम बहुत टाइम बाद करा तो फिर वो इंजरीज भी आने जरूरी ने बॉडी में, और जो जिस तरह की करोना है उसके लिए भी सानू इम्यूनिटी अगर स्ट्रोंग रहेगी साड़ी तो करोना अटैक ज़्यादा नहीं करेगा, तो अगर साड़ी इम्यूनिटी पहले तो ही डाउन है तो फिर कोरोना का तो अटैक होने ही। संदीप जी, लिगामेंट टीयर जिहड़ा कि अजकल लोग कबड्डी खेलते हैं या भजदे आ, वह बड़ा अजकल कामन हो चुकिया, और लोग दर्द के नाल ही करांदे रहिंदे, की कहना चाहोगे कि फिजियोथेरेपी कैसी साइंस है जिहदे विच वह इस चीज़ के नाल भी निजात पा सकदे? हाँ जी, देखो लिगामेंट टीयर असं इसमें 4 कैटेगरी के डिवाइड करते हैं, अगर पहली 2 कैटेगरी का टीयर है तो असं उसनों फिजियोथेरेपी के ट्रीटमेंट कर सकते हैं, हाँ अगर उस तो बहुत ज़्यादा हो गया लास्ट वाली 2 कैटेगरी तो फिर उस विदाउट सर्जरी उसनों कोई ट्रीटमेंट नहीं कर सकते, हालांकि सर्जरी तो बाद भी फिजियोथेरेपी करवानी बहुत जरूरी है, क्योंकि सर्जरी थोड़ा दर्द तो रजा देगी बट क्वालिटी ऑफ लाइफ सिर्फ फिजियोथेरेपी के नाल ही हो पाएगी। डॉक्टर साहब, जो पेशेंट घर बैठे ने और नहीं आ सकते, पैरालाइज आ जा कोई होर प्रॉब्लम, कि तुहाडा जिहड़ा सेंटर है सुख फिजियोथेरेपी एंड अल्टरनेटिव ट्रीटमेंट, वो उन्होंने घर तक भी पहुँच दे देता? हाँ जी, साढ़े जो फिजियोथेरेपिस्ट हैं, साड़ी टीम है प्रॉपर जो उसकी होम केयर अवेलेबल करती है, क्योंकि जो पैरालिटिक पेशेंट होंगे और रोज़ साढ़े को नहीं लेके आ सकते, तो साढ़े जो टीम है उन्होंने घर जाके ट्रीटमेंट करती है। डॉक्टर साहब, तुम तुहाडे अर्गे जिहड़े उपर दे डॉक्टर ने जिहड़े लोगों नू सेवा दे रहे हैं, और फिजियोथेरेपी दे नाल जिद्दां तुहानू लग्या कि नहीं फिजियोथेरेपी दा फील्ड नहीं होर भी मैं फील्ड जाना, तुहाडा सानू समां देण दे लई बहुत बहुत धन्यवाद। हाँ जी, थोड़ा ही बहुत बहुत धन्यवाद जो तुम साढ़े को आए, तुम्हें भी आपका समय टाइम दिता, बहुत बहुत धन्यवाद।